ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਵੀਰ ਜੀ ਦਾ ਸ਼ੁਕਰਾਨਾ ਕਿ ਦੁਬਾਰਾ ਸੰਗਤ ਨੂੰ ਮਿਲਣ ਦਾ ਮੌਕਾ ਦਿੱਤਾ। ਬੜੇ ਘੱਟ ਸ਼ਖਸੀਅਤਾਂ ਹੁੰਦੀਆਂ ਨੇ ਇਹੋ ਜਿਹੀਆਂ ਜਿਹੜੇ ਇਹੋ ਜਿਹੀਆਂ ਸਾਂਝ ਕਰਦੀਆਂ ਨੇ, ਅਤੇ ਵੀਰ ਜੀ ਇੱਕ ਨੇ, ਅਤੇ ਇਹਨਾਂ ਨੇ ਡਾਕਟਰਾਂ ਨੂੰ ਤਾਂ ਇਕੱਠਾ ਕਰ ਲਿਆ, ਠੀਕ ਹੈ ਨਾ। ਅਤੇ ਹੁਣ ਸ਼ਾਇਦ ਆਪ ਬੱਚੇ ਸੀ, ਆਪ ਵੀ ਹੋ ਗਏ ਹੋ, ਅਤੇ ਹੁਣ ਪੱਕੇ ਹੋ ਗਏ ਹੋ। ਹੀ ਵਰਕ ਲਾਈਕ ਫੈਵੀ ਕਾਲ ਦੀ ਤਰ੍ਹਾਂ ਕੰਮ ਕਰਦੇ ਨੇ ਅਤੇ ਜੋੜ ਦਿੰਦੇ ਨੇ ਸਾਰਿਆਂ ਨੂੰ। ਅਤੇ ਦੱਸਣਾ ਚਾਹੇਗਾ ਕਿ 2012 'ਚ ਆਰਕੇਪੁਰਮ ਸੈਕਟਰ 5 ਗੁਰਦੁਆਰਾ ਦੇ ਵਿੱਚ IAS ਦੀ ਕੋਚਿੰਗ ਸ਼ੁਰੂ ਹੋਈ ਸੀ। ਅਸੀਂ ਬਹੁਤ ਵੱਡਾ ਪ੍ਰਚਾਰ ਨਹੀਂ ਕੀਤਾ ਕਿਉਂਕਿ ਬੜੇ ਗਾਰਡਿਡ ਵੇ ਨਾਲ ਚੱਲੇ, ਪੈਸੇ ਬੜੇ ਥੋੜ੍ਹੇ ਸੀ, ਟੀਚਰ ਦੇ ਪੈਸੇ ਬੜੇ ਜ਼ਿਆਦਾ ਹੁੰਦੇ ਨੇ। ਅਤੇ ਅਸੀਂ ਸੋਚਿਆ ਕਿ ਅਸੀਂ ਵਰਡ ਆਫ ਮਾਊਥ ਦੇ ਨਾਲ ਆਪਣਾ ਮੈਸੇਜ ਅੱਗੇ ਕਰੀਏ। ਸਾਡੇ ਕੋਲੋਂ ਬੱਚੇ ਆਏ ਔਰ ਬਾਬਾ ਜੀ ਦੀ ਐਸੀ ਕਿਰਪਾ ਸੀ ਕਿ ਸਾਨੂੰ ਪਹਿਲੇ ਸਾਲ 'ਚ ਹੀ ਸਕਸੈਸ ਮਿਲ ਗਈ, ਸਾਡੇ ਬੱਚੇ ਜਿਹੜੇ ਸੀ ਉਹ ਸਿਲੈਕਟ ਹੋ ਗਏ। ਜਿਹੜਾ ਸਾਡੇ ਘੱਟ ਬੱਚੇ ਹੁੰਦੇ ਨੇ, ਸਾਡਾ ਪਾਸ ਪਰਸੈਂਟੇਜ ਜ਼ਿਆਦਾ ਹੈ। ਮੈਨੂੰ ਯਾਦ ਹੈ ਪਿਛਲੀ ਵਾਰ ਜਦੋਂ ਸਾਂਝ ਹੋਈ ਸੀ ਅਤੇ ਉਦੋਂ ਅਸੀਂ ਆਪਣੇ ਇੱਕ ਬੱਚੇ ਨੂੰ ਭੇਜਿਆ ਸੀ ਇੱਥੇ ਰਿਪ੍ਰਜੈਂਟ ਕਰਨ ਵਾਸਤੇ। ਵੀਰ ਜੀ ਤਾਂ ਸਾਡੇ ਇਨੋਗਰੇਸ਼ਨ 'ਤੇ ਪਿਛਲੀ ਵਾਰ ਸੀਗੇ ਉੱਥੇ, ਅਤੇ ਆਸ਼ੀਰਵਾਦ ਦੇ ਕੇ ਆਏ ਸੀ। ਬੜੇ ਲੋਅ ਪ੍ਰੋਫਾਈਲ ਨਾਲ ਚੱਲੀਦਾ ਹੈ ਕਿ ਸਹਿਜ ਪੱਕੇ ਸੋ ਮਿੱਠਾ, ਉਹ ਵਾਲੀ ਗੱਲ ਕਰਕੇ ਕਿ ਬਈ ਹਰ ਸਾਲ ਬੱਚੇ ਵੱਧਦੇ ਗਏ, ਬੱਚੇ ਵਧੇ, ਸਿੱਖ ਬੱਚੇ ਨਹੀਂ ਵਧੇ। ਬੜਾ ਪ੍ਰਚਾਰ ਕੀਤਾ, ਹਰ ਗੁਰਦੁਆਰੇ ਪੋਸਟਰ ਲਾਏ, ਫਿਰ ਵੀ ਅੱਜ ਵੀ ਜਿਹੜੇ ਨੇ ਸਿੱਖ ਬੱਚਿਆਂ ਵਿੱਚੋਂ ਦੇਖੀਏ ਤਾਂ ਸਿੱਖ ਬੱਚੀਆਂ ਸਾਡੇ ਕੋਲੋਂ ਜ਼ਿਆਦਾ ਨੇ, ਸਿੱਖ ਬੱਚੇ ਸਾਡੇ ਕੋਲੋਂ ਘੱਟ ਨੇ। ਫਿਰ ਅਸੀਂ ਇੱਕ ਸਰਵੇ ਕੀਤਾ ਕਿ ਇਹ ਚੱਕਰ ਕੀ ਹੈ ਕਿ ਅਸੀਂ ਪੜ੍ਹਦੇ ਕਿਉਂ ਨਹੀਂ। ਸਾਨੂੰ ਰੀਜ਼ਨਸ ਮਿਲੇ, ਚਲੋ ਰੀਜ਼ਨਸ ਅਸੀਂ ਇੱਥੇ ਸ਼ੇਅਰ ਨਹੀਂ ਕਰਾਂਗੇ, ਮਤਲਬ ਬੜੇ ਵੈਲਿਡ ਰੀਜ਼ਨ ਸੀ ਕਿ ਅਸੀਂ ਸਰਦਾਰ ਚਰਨਜੀਤ ਸਿੰਘ ਜੀ ਸਾਡੇ ਨਾਲ ਸ਼ੁਰੂ ਤੋਂ ਅਟੈਸਟ ਨੇ, ਅਤੇ ਸਾਡੀ ਸਾਰੀ ਇਨਫੋਰਮੇਸ਼ਨ ਐਨਾਲਾਈਜ਼ ਕਰਕੇ ਸਾਨੂੰ ਦਿੰਦੇ ਨੇ, ਸਾਡਾ ਪ੍ਰਚਾਰ ਵੀ ਬੜਾ ਕਰਦੇ ਨੇ। ਬੜੇ ਸਾਰੇ ਲੋਕ ਆਏ। ਮੈਂ ਆਪ ਨੂੰ ਹੁਣ ਕ੍ਰਸਟ ਆਫ ਪ੍ਰੋਬਲਮ ਦੱਸਾਂ, ਲੰਗਰ ਦਾ ਸਟਾਲ ਲਗਾਉਣ ਵਾਲੇ ਬੜੇ ਮਿਲ ਜਾਣਗੇ, ਲੰਗਰ ਖਾਣ ਵਾਲੇ ਸਾਡੇ ਵਿੱਚੋਂ ਘੱਟ ਮਿਲਣਗੇ। ਇਹੀ ਓ ਗੱਲ ਹੋਈ ਕਿ ਸਾਡੇ ਕੋਲੋਂ 2-3 ਸਾਲ ਤਾਂ ਲੋਕ ਆਉਂਦੇ ਰਹੇ ਕਿ ਅਸੀਂ ਵੀ ਸ਼ੁਰੂ ਕਰਨੀਆਂ ਨੇ, ਕਿਸ ਤਰ੍ਹਾਂ ਕਰੀਏ, ਕਿਸ ਤਰ੍ਹਾਂ ਕਰੀਏ। ਉਹਨਾਂ ਨੂੰ ਇਹ ਸਮਝਾਉਣ 'ਚ ਮੈਨੂੰ ਬੜਾ ਟਾਈਮ ਲੱਗਿਆ ਕਿ ਆਪ ਇੱਕ ਸੈਂਟਰ ਨੂੰ ਸੈਚੂਰੇਟ ਕਰੋ, ਮਤਲਬ ਕਿ 10 ਬੱਚੇ ਮੈਂ ਪੜ੍ਹਾ ਰਿਹਾ, 10 ਸ਼ਾਦਰਾ 'ਚ ਪੜ੍ਹਾ ਰਹੇ ਹੋ, ਹਰ ਕੋਈ ਕਹਿੰਦਾ ਹੈ ਕਿ ਮੇਰੇ ਘਰ ਦੇ ਲਾਗੇ ਹੋਵੇ ਤਾਂ ਚੰਗਾ। ਕੰਫਰਟ ਜ਼ੋਨ ਦੇ ਵਿੱਚ ਕਦੀ ਪੜ੍ਹਾਈ ਨਹੀਂ ਹੁੰਦੀ ਹੈ, ਇਹ ਮੈਂ ਜਾਣਨਾ। ਕੰਫਰਟ ਜ਼ੋਨ ਅਗਰ ਆਪ ਨੂੰ AC ਲਗਾ ਲਿਆ, ਸਭ ਕੁਝ ਕੰਫਰਟ ਹੋ ਗਿਆ, ਤਾਂ ਨੈਕਸਟ ਥਿੰਗ ਵਿਲ ਬੀ ਜਿਹੜੀ ਨੀਂਦ ਆਏਗੀ। ਆਪ ਸਾਰੇ ਸਟੂਡੈਂਟ ਰਹੇ ਹੋ, ਪੜ੍ਹਦੇ ਰਹੇ ਹੋ, ਬੱਚਿਆਂ ਨੂੰ ਦੇਖਦੇ ਰਹੇ ਹੋ, ਬੈੱਡ 'ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਅਸੀਂ ਧੀਰੇ ਧੀਰੇ ਟੇੜੇ ਹੁੰਦੇ ਹੋ ਜਾਂਦੇ ਹਾਂ। ਕੰਫਰਟ ਜ਼ੋਨ 'ਚ ਪੜ੍ਹਾਈ ਨਹੀਂ ਹੁੰਦੀ। ਫਿਰ ਅਸੀਂ ਤੀਸਰੇ ਸਾਲ ਇਹ ਕੀਤਾ ਕਿ ਜਿਸ ਏਰੀਏ 'ਚੋਂ 5 ਬੱਚੇ ਹੋਣਗੇ ਅਸੀਂ ਇੱਕ ਪਿਕ ਐਂਡ ਡਰੋਪ ਫੈਸਿਲਿਟੀ ਦੇ ਦਾਂਗੇ। ਉਹ ਵੀ ਸਰਵਿਸਿਜ਼ ਸਾਡੀ ਫਿਟਾਈਲ ਗਈਆਂ। ਵੀ ਫੇਲਡ ਬੈਡਲੀ ਇਨ ਮੋਟੀਵੇਟਿੰਗ ਦ ਸਟੂਡੈਂਟਸ ਟੂ ਕਮ ਐਂਡ ਜੁਆਇਨ, ਐਂਡ ਵੀ ਆਲਸੋ ਹੈਡ ਅ ਪ੍ਰੈਸ਼ਰ ਦੈਟ ਦਿਸ ਐਂਡੇਵਰ ਸ਼ੁੱਡ ਓਨਲੀ ਫੋਰ ਦ ਸਿਕਸ ਸਟੂਡੈਂਟਸ, ਐਂਡ ਵੀ ਰਸਿਸਟਡ ਦੈਟ ਦਿਸ ਸਭਾ ਬਿਲੋਂਗਸ ਟੂ ਗੁਰੂ ਨਾਨਕ ਐਂਡ ਇਟ ਕੈਨ ਨਾਟ ਬੀ ਓਨਲੀ ਫੋਰ ਸਿਕਸ, ਇਟਸ ਫੋਰ ਦ ਵਨਨੈਸ ਐਂਡ ਐਵਰੀਬਡੀ ਕੈਨ ਕਮ। ਸਾਡੇ ਨੋਨ ਸਿੱਖ ਬੱਚੇ ਜ਼ਿਆਦਾ ਸਕਸੈਸਫੁੱਲ ਹੋਏ ਸਿੱਖਾਂ ਦੇ ਨਾਲੋਂ। ਲੋਕ ਕਹਿੰਦੇ ਸੀ ਕਿ ਤੁਸੀਂ ਗੁਰਦੁਆਰੇ ਦਾ ਪੈਸਾ ਜਾਂ ਸੰਗਤ ਦਾ ਪੈਸਾ ਉੱਧਰ ਲਗਾਉਂਦੇ ਹੋ, ਐਸੇ ਸਾਰੀ ਸੰਗਤ ਹੈ, ਸਾਰੀ ਸੰਗਤ ਜਿਹੜੀ ਹੈਗੀ ਹੈ ਇੱਥੇ ਆਪਣਾ ਕੁਛ ਨਾ ਕੁਛ ਦਿੰਦੀ ਹੈ, ਅਤੇ ਇਹ ਸਾਰਿਆਂ ਵਾਸਤੇ ਹੀ ਹੋਏਗਾ। ਦੂਸਰਾ ਸਾਡਾ ਇਹ ਸੀਗਾ ਕਿ ਜਿਹੜੇ ਸਾਡੇ ਬੱਚੇ ਨੇ ਅੱਛੇ ਬੱਚਿਆਂ ਨੂੰ ਦੇਖ ਕੇ ਮੋਟੀਵੇਟ ਹੋਣਗੇ ਕਿ ਬਈ ਇਹ ਅੱਛਾ ਪੜ੍ਹ ਰਿਹਾ, ਮੈਂ ਵੀ ਪੜ੍ਹਾਂ। ਕਿਉਂਕਿ ਪੜ੍ਹਾਈ ਵੀ ਇਨਫੈਕਸ਼ੀਅਸ ਹੁੰਦੀ ਹੈ ਕਿ ਚੰਗੇ ਬੱਚੇ ਨਾਲ ਪੜ੍ਹੋਗੇ, ਚੰਗੇ ਪਲੇਅਰ ਨਾਲ ਪੜ੍ਹੋਗੇ ਤਾਂ ਆਪ ਚੰਗਾ ਪਰਫੋਰਮ ਕਰੋਗੇ, ਕਮਜ਼ੋਰ ਦੇ ਨਾਲ ਪਰਫੋਰਮ ਕਰੋਗੇ ਤਾਂ ਆਪ ਕਮਜ਼ੋਰ ਹੀ ਕਰੋਗੇ। ਡੈਟ ਵਾਜ਼ ਅ ਕੰਸੈਪਟ, ਐਂਡ ਦਿਸ ਕੰਸੈਪਟ ਵਰਕਡ। ਲਾਸਟ ਟਾਈਮ ਵੀ ਹੈਡ 90 ਸਟੂਡੈਂਟਸ, ਮਿਕਸ ਕਰਾਊਡ ਟੂ ਅ ਐਕਸਟੈਂਟ,
from every community. You name a community, we have a student from that community. And the feedback of the students of the different community is this, that Dashmesh IAS Academy really talk about the business, and business is education. Sadi teacher jede hunde ne veer ji, oh, IAS fail nahi hunde, jyadatar jedi mandi hai gi, IAS di ek mandi hai gi, agar aap Mukherjee Nagar wal jao. Har ghar de vich ek institution chal rahe hai. Te, ਉੱਥੇ ਉਹ ਲੋਕ ਪੜਾਉਂਦੇ ਨੇ ਜਿਹੜੇ IAS ਪਾਸ ਨਹੀਂ ਕਰ ਸਕਦੇ, ਜਿਹਦਾ ਕਦੀ ਪ੍ਰੀਲਿਮਸ ਪਾਸ ਨਹੀਂ ਹੋਇਆ ਉਹ ਸਭ ਤੋਂ ਜ਼ਿਆਦਾ ਟੀਚਰ ਹੈ, ਕਿਉਂਕਿ ਉਹਨੇ 5 ਸਾਲ ਮਿਹਨਤ ਕੀਤੀ ਹੈ. ਫੋਰਚੂਨੇਟਲੀ ਵੀ ਹੈਵ ਆਲ ਦ ਟੀਚਰਸ ਦੋਜ਼ ਹੂ ਆਰ PhD ਕੁਆਲੀਫਾਈਡ ਐਂਡ ਹੈਵ ਅ ਫਸਟ ਹੈਂਡ ਐਕਸਪੀਰੀਅੰਸ ਆਫ ਟੇਕਿੰਗ ਐਗਜ਼ਾਮ ਇਨ IAS. ਸੋ ਦਿਸ ਇਜ਼ ਅ ਸਟਰੈਂਥ. This year, 2 months back, our 3 students got selected in Bihar cadre. We motivate them. Kai bari ki hunda hai, sad bachcha aanda hai, bachcha lost ho janda hai, 2 classes attend karke, jediyan demonstration classes karne hai, asi allow nahi karde vaise. If you trust us, you come. If you don't trust yourself, you go back. Toh bachche 1-2 classes de baad chhad dinde ne. Phir sanu hoya ki bhai aap jyada time le rahe hain. ਮੈਂ ਸਬਮਿਟ ਕਰ ਦਿੰਦਾ. ਅਤੇ ਫਿਰ ਜਿਹੜੇ ਸਾਨੂੰ ਇਹ ਵੀ ਪ੍ਰੈਸ਼ਰ ਆਇਆ ਕਿ ਵੀ ਆਪ ਚੰਗੇ ਬੱਚੇ ਲਓ, ਇਗਜ਼ਾਮ ਕੰਡਕਟ ਕਰੋ. ਫਿਰ ਮੈਂ ਕਿਹਾ ਕਿ ਦਸ਼ਮੇਸ਼ ਅਕੈਡਮੀ ਕਮਜ਼ੋਰ ਬੱਚੇ ਨੂੰ ਹੀ ਲੈਣਾ ਚਾਹੁੰਦੀ ਹੈ, ਚੰਗੇ ਨੂੰ ਤਾਂ ਸਾਰੇ ਲੈਣ ਨੂੰ ਬੈਠੇ ਨੇ ਨਾ, ਅਤੇ ਸਾਨੂੰ ਤਾਂ ਮੀਡੀਓਕਰ ਅਤੇ ਕਮਜ਼ੋਰ ਚਾਹੀਦਾ ਹੈ. ਕਮਜ਼ੋਰ ਨੂੰ ਅਸੀਂ SSC ਦੀ ਕਲਾਸਿਸ ਸ਼ੁਰੂ ਕਰਾਤੀਆਂ. Staff Selection Commission ਦੀ ਕਲਾਸਿਸ ਚੱਲ ਰਹੀਆਂ ਨੇ, ਥਰਸਡੇ ਫਰਾਈਡੇ ਯੂ ਕੈਨ ਕਮ ਐਂਡ ਸੀ. ਅਤੇ ਉਹ ਬੱਚਾ SSC ਪਾਸ ਕਰਨ ਦੇ ਲਾਇਕ ਹੈ, ਉਹ ਪਾਸ ਕਰ ਜਾਏ, ਡੀਮੋਰਲਾਈਜ਼ ਨਹੀਂ ਹੋਏਗਾ ਨਾ, ਉਹ ਪਾਸ ਕਰਕੇ ਜਦੋਂ ਉਹਦੀ ਜੋਬ ਲੱਗ ਜਾਏ ਫਿਰ IAS ਵਾਸਤੇ ਤਿਆਰੀ ਕਰਨਾ ਸ਼ੁਰੂ ਕਰਦੇ, ਫਿਰ ਆਪਣਾ ਆਫਿਸਰ ਆਪ ਬਣ ਜਾਏ, ਫਿਰ ਬੈਂਕਿੰਗ ਦੀ ਹਰ ਚੀਜ਼ ਦੀ, ਕਿਉਂਕਿ ਹਰ ਇੱਕ ਦਾ ਸ਼ੌਂਕ ਅਲੱਗ ਹੈ ਕਿ ਭਾਈ ਮੈਂ ਤਾਂ ਬੈਂਕ 'ਚ ਨੌਕਰੀ ਕਰਨੀ ਹੈ. ਅਤੇ ਇਜ਼ ਇੰਪੋਰਟੈਂਟ ਟੂ ਕੈਟਰ ਦ ਨੀਡ ਆਫ ਐਵਰੀਬਡੀ. So then we started with the other categories also of the exams, government exams, and students are doing very good. 3 students got selected in Bihar cadre, 1 person got selected in West Bengal cadre this year, and 2 days back Harinder Singh got selected in stenographer exam. And this is not out of 100, this is out of 10s. 10-20 Punjab bacche jede pad rahe ne unna vichon ho reha hai, the pass percentage is good. And we have all the zeal to crack anything. We Sikhs and Punjabis have the capacity to crack anything, whatever we feel and wish today, we can do that. We have the best health and the best brain. Will is there. Will Baba ji sade piche chaldi hai, oh te assi kamzor ho hi nahi sakde. And with this, overall if I sum up, we'll be starting our new batch from the June. June is an exam, June month, and the last week of the June we are starting. We have already started doing a publicity, and we will request you that if you want to do a favor to us, please refer a aspirant, IAS aspirant. The rest we will take care, Babaji will take care. So this is my request to you. When this saturates, then we will think that we want a Shadra center or we want a Tilak Nagar center. Please, those who want to start with their endeavors, you are welcome. But saturate this first, or we saturate your center and then we will go with that as a second one. This is the thing, because this money is a very precious money. We have to establish Sikh institutions. Like we have been given one responsibility of the Guru Har Krishan Bala Pritam Research Institute. And we will see to it. Last week we had the function here. We see to it that we establish an institute of the Sikhism. Ke loki udich aan te maan karan, this is the thing. And I think if there is any query, I'll be happy. I have already taken more time. Thank you. Thank you. Talk about the emergency service training you are giving. Oh, sure. Very right. This is a very important thing Veerji has pointed out. ਕਿ ਆਪਣੇ ਦੇਖਿਆ ਹੋਏਗਾ ਕਿ ਰਾਗੀ ਸਿੰਘ US 'ਚ ਸ਼ਬਦ ਕੀਰਤਨ ਕਰ ਰਹੇ ਨੇ ਅਤੇ ਉਹ ਸ਼ਬਦ ਕੀਰਤਨ ਕਰਦੇ 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 ਗਿਰ ਗਏ ਜਦੋਂ ਗਿਰ ਗਏ ਅਤੇ
ਦੌੜ ਕੇ ਦੋ ਭਾਈ ਸਾਹਿਬ ਆਏ ਅਤੇ ਉਹਨਾਂ ਨੇ ਇੱਕ ਆਦਮੀ ਨੇ ਪਹਿਲਾ ਕੰਮ ਕੀਤਾ ਕਿ ਉਹਨਾਂ ਦਾ ਸਿਰ ਟੱਕਿਆ, ਕਿਉਂਕਿ ਅਸੀਂ ਗੁਰਦੁਆਰੇ 'ਚ ਹਾਂ, ਠੀਕ ਹੈ ਨਾ। ਅਤੇ ਇਹ ਵੀਡੀਓ ਮੇਰੇ ਕੋਲ ਇਸ ਸਮੇਂ ਨਹੀਂ ਹੈ, ਨਹੀਂ ਤਾਂ ਮੈਂ ਦਿਖਾਉਂਦਾ। ਉਸ ਸਮੇਂ ਸਿਰ ਟੱਕਣ ਦੀ ਜਗ੍ਹਾ ਅਗਰ CPR ਦੇ ਦਿੱਤਾ ਜਾਂਦਾ, ਕਾਰਡੀਓਪਲਮਨਰੀ ਰਿਸੈਸੀਟੇਸ਼ਨ ਕਰ ਦਿੱਤਾ ਜਾਂਦਾ, ਹਾਰਟ ਦੀ ਮਸਾਜ ਕਰਤੀ ਜਾਂਦੀ, AED ਦੇ ਦਿੱਤਾ ਜਾਂਦਾ, ਉਹਦੇ ਵਿੱਚ ਅਸੀਂ ਬਿਜਲੀ ਦਾ ਸ਼ੌਕ ਦੇ ਦਿੰਦੇ, ਅਤੇ ਸ਼ਾਇਦ ਉਹ ਅੱਜ ਵੀ ਸਾਨੂੰ ਸ਼ਬਦ ਕੀਰਤਨ ਦੱਸ ਰਹੇ ਹੁੰਦੇ। ਅਤੇ ਅਸੀਂ ਬੜੀ ਸਾਰੀ ਡੈਥਸ ਇਸ ਤਰ੍ਹਾਂ ਦੀ ਹੁੰਦੀਆਂ ਨੇ, ਯਕਦਮ ਜਿਨ੍ਹਾਂ ਨੂੰ ਅਸੀਂ ਮੈਡੀਕਲ ਲੈਂਗੁਏਜ ਸਡਨ ਕਾਰਡੀਅਕ ਅਰੈਸਟ ਕਹਿੰਦੇ ਹਾਂ। ਅਤੇ ਉਹ ਚੀਜ਼ ਅਗਰ ਇਨੀਸ਼ੀਅਲ 10 ਮਿੰਟਸ, ਸਪੈਸ਼ਲੀ ਦਾ 4 ਮਿੰਟਸ ਅਗਰ ਅਸੀਂ ਕੁਛ ਕਰ ਲਈਏ, ਅਤੇ ਅਸੀਂ ਆਪਣੇ ਘਰ ਦੇ ਆਦਮੀ ਨੂੰ, ਪੜੋਸੀ ਨੂੰ, ਕਿਸੇ ਨੂੰ ਵੀ ਅਸੀਂ ਸੇਵ ਕਰ ਸਕਦੇ ਹਾਂ। ਅਤੇ ਇਹ ਦੋ ਜਿਹੜੀਆਂ ਟ੍ਰੇਨਿੰਗਸ ਨੇ, ਡਾਕਟਰ ਰਾਣੀ ਵੀ ਸਾਡੇ ਨਾਲ ਸੀਗੇ, ਡਾਕਟਰ ਕਾਲਰਾ ਸਾਡੇ ਨਾਲ ਸੀਗੇ, ਅਤੇ ਅਸੀਂ ਗੁਰੂ ਹਰਕ੍ਰਿਸ਼ਨ ਪੋਲੀ ਕਲੀਨਿਕ ਬੰਗਲਾ ਸਾਹਿਬ ਦੋ ਸੈਸ਼ਨ ਕੀਤੇ ਨੇ, ਜਿਹਦੇ 'ਚ ਜਿਹੜਾ ਸਟਾਫ ਕੰਮ ਕਰ ਰਿਹਾ ਹੋਸਪਿਟਲ ਦੇ ਵਿੱਚ, ਪੋਲੀ ਕਲੀਨਿਕ ਦੇ ਵਿੱਚ, ਉਹਨਾਂ ਨੂੰ ਟ੍ਰੇਨ ਕੀਤਾ। ਹੁਣ ਸੋਚੋ ਕਿ ਗੁਰਦੁਆਰਾ ਸਾਹਿਬ ਕੋਈ ਸੰਗਤ ਆਈ, ਸਭ ਤੋਂ ਜ਼ਿਆਦਾ ਹਾਰਟ ਅਟੈਕ ਜਿਹੜੇ ਹੁੰਦੇ ਨੇ ਸਵੇਰੇ ਹੁੰਦੇ ਨੇ, ਆਪ ਦੇਖਣਾ, ਕਿਉਂਕਿ ਇਸ ਮੈਥਡਿਕ ਐਕਟੀਵਿਟੀ ਬੜੀ ਜ਼ਿਆਦਾ ਹੁੰਦੀ ਹੈ ਸਵੇਰੇ, ਅਤੇ ਸੰਗਤ ਬਹੁਤ ਜ਼ਿਆਦਾ ਸਵੇਰੇ ਹੁੰਦੀ ਹੈ ਗੁਰਦੁਆਰੇ 'ਚ। ਅਗਰ ਕਿਸੇ ਨੂੰ ਰੱਬ ਨਾ ਕਰੇ ਕਿ ਕੁਛ ਹੋ ਜਾਏ, ਅਤੇ ਉਹਦੇ ਵਾਸਤੇ ਸਾਡਾ ਸਟਾਫ ਜਿਹੜਾ ਹੈਗਾ ਗੁਰਦੁਆਰੇ ਦਾ, ਉਹ ਟ੍ਰੇਨਡ ਹੋਣਾ ਚਾਹੀਦਾ। ਅਤੇ ਸਾਡੇ ਹਰ ਜਗ੍ਹਾ 'ਤੇ ਸ਼ੌਕ ਵਾਲੀ ਮਸ਼ੀਨਾਂ ਲੱਗਣੀਆਂ ਚਾਹੀਦੀਆਂ। ਅਸੀਂ ਰਿਕੁਐਸਟ ਕਰਾਂਗੇ ਕਿ ਅਸੀਂ ਆਪਣੇ ਵੱਲੋਂ ਸਿਰਸਾ ਸਾਹਿਬ ਨੂੰ ਇੱਕ ਰਿਕੁਐਸਟ ਭੇਜੀਏ ਕਿ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੈਗਾ ਉਹੋ ਜਿਹਾ ਸਿਸਟਮ ਹੋਵੇ, ਅਤੇ ਗੁਰਦੁਆਰਾ Sector 5 ਐਸੀ ਟ੍ਰੇਨਿੰਗ ਦਾ, ਅਤੇ ਗੁਰੂ ਹਰਕ੍ਰਿਸ਼ਨ ਮੈਡੀਕਲ ਫੋਰਮ ਇਸ ਚੀਜ਼ ਦਾ ਐਂਡੋਵਰ ਲੈ ਰਿਹਾ ਕਿ ਸਾਰੇ ਸਿੰਘ ਸਭਾਵਾਂ ਦੇ ਜਿੰਨੇ ਸਾਡੇ ਭਾਈ ਸਾਹਿਬ ਨੇ ਅਤੇ ਸੇਵਾਦਾਰ ਨੇ, ਅਸੀਂ ਐਟਲੀਸਟ ਉਹਨਾਂ ਨੂੰ ਟ੍ਰੇਨਿੰਗ ਦਈਏ, ਅਤੇ ਬਾਕੀ ਫਿਰ ਸੰਗਤ ਵਾਸਤੇ ਓਪਨ ਹੋਏਗਾ, ਸੰਗਤ ਵੀ ਆ ਸਕਦੀ ਹੈ। ਹਾਂਜੀ 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 ਬੜੀ ਵੈਲਿਊਏਬਲ ਹੈ, ਕਿਉਂਕਿ ਇਹ ਸਭ ਤੋਂ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਹੁੰਦੇ ਨੇ, ਅਤੇ ਐਸੇ ਸੰਪਰਕ ਵਿੱਚ ਹੁੰਦੇ ਨੇ ਜਿਹੜੇ ਲੋਕ ਐਪਰੈਂਟਲੀ ਅਨਵੈਲ ਹੁੰਦੇ ਨੇ, ਹੋਸਪਿਟਲ ਦੇ ਆਲੇ ਦੁਆਲੇ ਹੁੰਦੇ ਨੇ। ਹਾਂਜੀ, ਦੀ ਅਦਰ ਥਿੰਗ ਇਜ਼ ਕਿ ਸਾਡੇ ਲੰਗਰ ਗਰੁੱਪਸ ਨੇ ਕੁਝ ਸਾਨੂੰ ਰਿਕੁਐਸਟ ਭੇਜੀਆਂ ਨੇ ਕਿ ਦੇ ਵਾਂਟ ਟੂ ਡੂ ਮੋਰ ਲੰਗਰ ਇਨ ਐਂਡ ਅਰਾਊਂਡ ਹੋਸਪਿਟਲ, ਔਰ ਉਹਨਾਂ ਨੂੰ ਜਗ੍ਹਾ ਨਹੀਂ ਮਿਲ ਰਹੀ। ਠੀਕ ਹੈ ਜੀ, ਸੋ ਵੀ ਵੁਡ ਐਪਰੀਸ਼ੀਏਟ ਇਫ ਦ ਡਾਕਟਰਸ ਗਰੁੱਪ ਹਾਂਜੀ ਕੈਨ ਹੈਂਡ ਹੋਲਡ ਦੈਮ, ਕਿ ਫਰਜ਼ ਕਰੋ ਤੁਹਾਡੇ ਹੋਸਪਿਟਲ ਦੇ ਆਲੇ ਦੁਆਲੇ ਅਗਰ ਕੋਈ ਜਗ੍ਹਾ ਬਾਹਰ ਜਾਂ ਅੰਦਰ ਥੋੜ੍ਹੀ ਬਹੁਤ ਮਿਲ ਸਕੇ, ਉਹਦੇ ਨਾਲ ਆਪਣੀ ਸੇਵਾ ਵਧਾ ਸਕਣ, ਕਿਉਂਕਿ ਇਹ ਗਰੁੱਪਸ ਕਾਫੀ ਇੰਟੈਂਸ ਸੇਵਾ ਕਰਨ ਦੇ ਆਰ ਲੁਕਿੰਗ ਫੋਰ ਮੋਰ ਸਪੇਸ, ਦਿਸ ਇਜ਼ ਦੀ ਅਦਰ ਇੰਟਰੈਕਸ਼ਨ ਵਿੱਚ ਕਹਿਣਾ। ਦੈਟਸ ਗ੍ਰੇਟ, ਪੇਸ਼ੈਂਟ ਵਾਸਤੇ ਤੇ ਅਸੀਂ ਨਹੀਂ ਚਾਹਾਂਗੇ ਕਿ ਉਹਨਾਂ ਨੂੰ ਲੰਗਰ ਮਿਲੇ, ਕਿਉਂਕਿ ਪੇਸ਼ੈਂਟ ਦੀ ਜਿਹੜੀ ਡਾਇਟ ਹੁੰਦੀ ਹੈ ਉਹ ਥੋੜ੍ਹੀ ਵੱਖ ਹੁੰਦੀ ਹੈ, ਪਰੰਤੂ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਹੁੰਦੇ ਨੇ, ਅਸੀਂ ਆਪਣੇ ਹੋਸਪਿਟਲ 'ਚ, ਮੈਂ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ ਹਾਂ, ਅਤੇ ਅਸੀਂ ਉੱਥੇ ਇੱਕ ਅੰਡਰਸਟੈਂਡਿੰਗ ਕੀਤੀ ਹੋਈ ਹੈ ਕਿ ਇੱਕ ਅਟੈਂਡੈਂਟ ਦੇ ਜੋਗਾ ਵੀ ਦੇ ਦਿਆ ਕਰੋ, ਕਿ ਹੁਣ ਅਟੈਂਡੈਂਟ ਕਿੱਥੇ ਜਾਏਗਾ ਵਿਚਾਰਾ, ਉਹ ਬਾਹਰ ਥੋੜ੍ਹੀ ਜਾਏਗਾ, ਅਤੇ ਉਹ ਅਸੀਂ ਅਨਔਫਿਸ਼ਲੀ ਐਸੇ ਐਡਜਸਟਮੈਂਟ ਕੀਤੀ ਹੋਈ ਹੈ, ਪਰੰਤੂ ਇਹ ਮੈਂ ਡਾਇਰੈਕਟਰ ਸਾਹਿਬ ਨਾਲ ਗੱਲ ਕਰ ਲਾਂਗਾ। ਹਾਂਜੀ 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 ਹਾਂਜੀ, ਅਤੇ ਉਹਦੇ ਵਿੱਚ ਬਹੁਤ ਅੱਛਾ ਜਿਹਾ ਸਿਸਟਮ, ਬੜਾ ਨੀਟ ਐਂਡ ਕਲੀਨ ਸਿਸਟਮ, ਜਿੱਥੇ ਕੋਈ ਵੀ ਆ ਕੇ ਖਾਣਾ ਖਾਣਾ ਪਸੰਦ ਕਰੇ, ਅਸੀਂ ਵੀ ਜਾ ਕੇ ਖਾਣਾ ਖਾਣਾ ਪਸੰਦ ਕਰੀਏ, ਅਤੇ ਬੜੇ ਰਿਸਪੈਕਟਫੁਲੀ ਲੰਗਰ ਖਵਾਇਆ ਜਾਏ, ਤਾਂ ਉਸ ਤਰੀਕੇ ਦੀ ਮੈਂ ਆਪਣੇ ਡਾਇਰੈਕਟਰ ਸਾਹਿਬ ਨਾਲ ਗੱਲ ਕਰ ਲਾਂਗਾ। ਹਾਂਜੀ ਨਹੀਂ, ਸਰਟਨਲੀ ਸਰਟਨਲੀ, ਆਲ ਬੀ ਹੈਪੀ ਵਿਦ ਦੈਟ। ਅਤੇ ਟ੍ਰੇਨਿੰਗ ਵੀ ਜਿਹੜੀ ਆਪਨੇ ਕਹੀ, ਅਤੇ 20 ਬੰਦਿਆਂ ਦਾ ਇੱਕ ਅਗਰ ਬੈਚ ਬਣ ਜਾਏਗਾ, ਵੀ ਵਿਲ ਸੀ ਟੂ ਇਟ ਡੈਟ ਯੂ ਹੈਵ ਬੀਨ ਪ੍ਰੋਪਰਲੀ ਟ੍ਰੇਨਡ। ਯੂ ਵਾਂਟ ਟੂ ਬੀ ਅ ਪਾਰਟ ਆਫ ਦਿਸ ਮਿਸ਼ਨ, ਸਾਨੂੰ ਜਿਹੜੀ ਸ਼ੋਰਟੇਜ ਹੈ, ਜਿਹੜੀ ਚੀਜ਼ ਸਾਡੇ ਕੋਲ ਨਹੀਂ ਹੈ, ਉਹ ਦੇ ਦਿਉ। ਅਸੀਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਸੀ, ਸਰਦਾਰ ਚਰਨਜੀਤ ਸਿੰਘ ਜੀ ਹੈਗੇ ਨੇ ਇੱਥੇ ਬੈਠੇ ਨੇ, ਅਸੀਂ ਕਿਹਾ ਸੀ ਕਿ ਸਾਨੂੰ 10 ਕਮਰੇ ਦੇ ਦਿਉ ਬੰਗਲਾ ਸਾਹਿਬ ਜਾਂ ਰਕਾਬਗੰਜ 'ਚ, ਅਸੀਂ ਉੱਥੇ ਆਪਣੇ 20 ਬੱਚੇ ਰੱਖ ਦਾਂਗੇ, ਜਿਹੜੇ ਬਾਹਰੋਂ ਬੱਚੇ ਆਉਂਦੇ ਨੇ ਉਹਨਾਂ ਨੂੰ ਰਹਿਣ ਵਾਸਤੇ ਐਕੋਮੋਡੇਸ਼ਨ ਵੀ ਚਾਹੀਦੀ ਹੈ, ਅਤੇ ਕੁਛ ਬੱਚਿਆਂ ਵਾਸਤੇ ਅਸੀਂ ਐਕੋਮੋਡੇਸ਼ਨ ਵੀ ਅਰੇਂਜ ਕੀਤੀ, ਅਤੇ ਕੁਛ ਬੱਚਿਆਂ ਨੇ ਸਾਡੇ ਨਾਲ ਥੋੜ੍ਹਾ ਜਿਹਾ ਧੋਖਾ ਵੀ ਕੀਤਾ, ਬੱਚੇ ਨੌਕਰੀ ਕਰਦੇ ਰਹੇ ਅਤੇ ਐਕੋਮੋਡੇਸ਼ਨ ਲੈਂਦੇ ਰਹੇ, ਕਿਉਂਕਿ ਅਸੀਂ ਤਾਂ ਪੇ ਹੀ ਕਰ ਰਹੇ ਸੀ। ਚਲੋ, ਉਹ ਹਰ ਕਿਸਮ ਦੇ ਹੋਣਗੇ, ਅਤੇ ਇੱਕ ਬੱਚੀ ਵਾਸਤੇ ਉਹ 2 ਸਾਲ ਵੀ ਰਹੀ ਹੈ, ਹਜੇ ਵੀ ਅਪੀਅਰ ਹੋ ਰਹੀ ਹੈ। ਅਤੇ ਅਗਰ ਆਪ ਕੋਲੋਂ ਐਕੋਮੋਡੇਸ਼ਨ ਹੈ, ਚਲੋ ਅਸੀਂ ਗੁਰਦੁਆਰੇ ਦੀ ਛੱਡ ਦਿੰਦੇ ਹਾਂ, ਪਹਿਲੇ ਤਾਂ ਗੁਰਦੁਆਰਾ ਸਭ ਤੋਂ ਈਜ਼ੀ ਹੈ ਕਿ ਵੀ 10 ਕਮਰੇ ਇਹ ਸਟੂਡੈਂਟਸ ਵਾਸਤੇ ਮਾਰਕ ਹੋ ਗਏ, ਅਗਰ ਆਪ ਕੋਲੋਂ ਕਿਤੇ ਵੀ ਗੁਰਦੁਆਰੇ 'ਚ ਜਗ੍ਹਾ ਹੈ
ਅਸੀਂ ਉੱਥੇ ਕੰਸਟਰਕਸ਼ਨ ਕਰਾ ਲਾਂਗੇ, ਰੂਮ ਬਣਾ ਲਾਂਗੇ ਅਤੇ ਸਾਡੇ ਬੱਚੇ ਰਹਿਣਗੇ ਉਹਦੇ ਵਿੱਚ। ਅਤੇ ਆਪ ਪਲੀਜ਼ ਇਸ ਪ੍ਰਪੋਜ਼ਲ ਨਾਲ ਆਉਣਾ ਕਿ ਕਿੱਥੇ ਸਾਡੇ ਬੱਚੇ ਰਹਿ ਸਕਦੇ ਨੇ, ਜਿੱਥੇ 10 ਕਮਰੇ ਬਣ ਜਾਣ। ਪੈਸੇ ਦੀ ਕੋਈ ਦਿੱਕਤ ਨਹੀਂ, ਬਾਬੇ ਦੀ ਬੜੀ ਕਿਰਪਾ ਹੈ। ਅਤੇ ਉਹ ਉੱਥੋਂ ਦੀ ਫਿਰ ਅਸੀਂ ਇੱਕ ਵਹੀਕਲ ਚਲਾ ਦਿਆ ਕਰਾਂਗੇ, ਬੱਚੇ ਪੜ੍ਹਨ ਆ ਜਾਣਗੇ ਅਤੇ ਵਾਪਸ ਚਲੇ ਜਾਣਗੇ। ਥੈਂਕ ਯੂ ਸੋ ਮੱਚ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।